ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਗੱਡੀਆਂ ਦਾ ਇਹ ਲੰਬਾ ਜਾਮ ਦਰਅਸਲ ਬਿਆਸ ਡੇਰੇ ਵੱਲ ਜਾ ਰਿਹਾ ਹੈ, ਜਿੱਥੇ ਭੰਡਾਰਾ ਹੈ ਤੇ ਭੰਡਾਰੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੀ ਗਿਣਤੀ ਚ ਸੰਗਤ ਜਾ ਰਹੀ ਹੈ। ਇਸੇ ਲਈ ਨੈਸ਼ਨਲ ਹਾਈਵੇ ਦੇ ਦੋਨੋਂ ਪਾਸੇ ਹੀ ਗੱਡੀਆਂ ਦਾ ਦੂਰ ਦੂਰ ਤੱਕ ਲੰਬਾ ਜਾਮ ਨਜ਼ਰ ਆ ਰਿਹਾ ਹੈ। ਦੱਸਦੀ ਕਿ ਤਸਵੀਰਾਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀਆਂ ਨੇ, ਜਿੱਥੇ ਡੇਰਾ ਬਿਆਸ ਵੱਲ ਨੂੰ ਜਾਂਦੀਆਂ ਇਹ ਗੱਡੀਆਂ ਨੇ, ਜਿਨ੍ਹਾਂ ਚ ਸੰਗਤ ਹੈ। ਜਦੋਂ ਤੋਂ ਡੇਰਾ ਬਿਆਸ ਦੇ ਨਵੇਂ ਸਰਪ੍ਰਸਤ ਦਾ ਐਲਾਨ ਹੋਇਆ, ਉਸ ਤੋਂ ਬਾਅਦ ਇਹ ਪਹਿਲਾ ਭੰਡਾਰਾ ਹੈ ਜਿੱਥੇ ਸੰਗਤ ਪਹੁੰਚ ਰਹੀ ਹੈ। ਹਾਲਾਂਕਿ ਇਹ ਵੀ ਦੱਸ ਦਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਸਤਸੰਗ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਹੀ ਸੰਗਤਾਂ ਨੂੰ ਉਪਦੇਸ਼ ਦਿੱਤੇ ਜਾ ਰਹੇ ਨੇ। ਇਸ ਵਿਚਾਲੇ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰਾ ਬਿਆਸ ਵੱਲ ਜਾ ਰਹੀ ਹੈ ਤੇ ਤਸਵੀਰਾਂ ਦੇਖੋ, ਇਹ ਨੈਸ਼ਨਲ ਹਾਈਵੇ ਦੀਆਂ ਨੇ, ਦੋਨੋਂ ਪਾਸੇ ਹੀ ਲੰਬਾ ਜਾਮ ਲੱਗਿਆ ਹੋਇਆ ਹੈ। ਗੱਡੀਆਂ ਦੇ ਵਿੱਚ ਸੰਗਤ ਹੈ ਜੋ ਭੰਡਾਰੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀ ਹੈ। ਇੱਥੇ ਵੀ ਦੱਸ ਦਈਏ ਕਿ ਡੇਰਾ ਬਿਆਸ ਦੇ ਵਿੱਚ ਭੰਡਾਰਾ ਜੋ ਹੋ ਰਿਹਾ ਹੈ, ਇਹ ਨਵੇਂ ਸਰਪ੍ਰਸਤ ਦੇ ਐਲਾਨ ਤੋਂ ਬਾਅਦ ਪਹਿਲਾ ਭੰਡਾਰਾ ਹੈ, ਜਿੱਥੇ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੀ ਦੱਸ ਦਈਏ ਕਿ ਇਸ ਮਹੀਨੇ ਦੇ ਵਿੱਚ 8 ਸਤੰਬਰ, 15 ਸਤੰਬਰ ਤੇ 22 ਸਤੰਬਰ ਨੂੰ ਡੇਰੇ ਦੇ ਵਿੱਚ ਭੰਡਾਰੇ ਦੇ ਪ੍ਰੋਗਰਾਮ ਨੇ, ਜਿਨ੍ਹਾਂ ਦੇ ਵਿੱਚ ਸੰਗਤਾਂ ਵੱਧ ਚੜ੍ਹ ਕੇ ਪਹੁੰਚ ਰਹੀਆਂ ਨੇ ਅਤੇ ਇੱਥੇ ਨੈਸ਼ਨਲ ਹਾਈਵੇ ਤੇ ਇਹਨਾਂ ਦਿਨਾਂ ਦੇ ਵਿੱਚ ਜਾਮ ਵੀ ਦੇਖਣ ਨੂੰ ਮਿਲੇਗਾ, ਜਿਸ ਲਈ ਆਮ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।